ਪੰਜਾਬ ਵਿੱਚ ਜਿੱਥੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਕੀਤੀ ਹੋਈ ਹੈ ਅਤੇ ਲਗਾਤਾਰ ਕਿਸਾਨ ਬਿਜਲੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਅੱਜ ਹਲਕਾ ਜ਼ੀਰਾ ਵਿੱਚ ਕਿਸਾਨਾਂ ਵੱਲੋਂ ਬਿਜਲੀ ਨਾ ਮਿਲਣ 'ਤੇ ਕਿਸਾਨਾਂ ਵੱਲੋਂ ਮੋਗਾ ਸ਼੍ਰੀ ਅੰਮ੍ਰਿਤਸਰ ਹਾਈਵੇ 'ਤੇ ਪੀਰ ਮੁਹੰਮਦ ਪਿੰਡ ਦੇ ਕੋਲ ਜਾਮ ਲਗਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਉਹ ਵਾਅਦਾ ਪੂਰਾ ਨਹੀਂ ਕਰ ਪਾ ਰਹੀ। ਕਿਸਾਨਾਂ ਦਾ ਹੱਲੇ ਝੋਨਾ ਲੱਗਣ ਵਾਲਾ ਹੈ ਪਰ ਬਿਜਲੀ ਪੂਰੀ ਹੀ ਨਹੀਂ ਆ ਰਹੀ ਜਿਸ ਕਾਰਨ ਅੱਜ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਸਾਨੂੰ ਬਿਜਲੀ ਦਾ ਬਕਾਇਆ ਦਿੱਤਾ ਜਾਵੇ। ਸਾਡੀ ਰੂਟੀਨ ਦੇ ਵਿੱਚ ਬੱਤੀ ਚੱਲਣੀ ਚਾਹੀਦੀ ਆ। ਜੇ ਬਿਜਲੀ ਘਰ ਵਾਲੇ ਨੇ ਇੱਥੇ ਜਿਹੜੇ ਬਿਜਲੀ ਘਰ ਦੇ ਅਧਿਕਾਰੀ ਬੈਠੇ ਨੇ ਕੋਈ ਸੁਣਵਾਈ ਨਹੀਂ ਕਿ ਉਹ ਕਹਿੰਦੇ ਜਿੱਥੇ ਮਰਜ਼ੀ ਸ਼ਿਕਾਇਤ ਕਰੋ ਸਾਡੇ ਕੋਲ ਤੁਹਾਡੀ ਕੋਈ ਸੁਣਵਾਈ ਨਹੀਂ। ਸਾਡਾ ਤੁਸੀਂ ਕੁਛ ਨਹੀਂ ਕਰ ਸਕਦੇ। ਇਹ ਸਾਡੇ ਉਹਨਾਂ ਦੇ ਬਿਆਨ ਨੇ ਸਿੱਧੇ। ਸਾਡਾ ਕਾਰਪੋਰੇਸ਼ਨ ਦਾ ਮਹਿਕਮਾ ਉਹ ਕਿਹੜੀ ਕਾਰਪੋਰੇਸ਼ਨ ਹੈ ਜਿਹੜੀ ਜ਼ਿਮੀਂਦਾਰ ਨੂੰ ਮਾਰ ਰਹੀ ਆ? ਇੱਕ ਘੰਟੇ ਇਹ ਸਲੀਅਤ ਗੱਲ ਹੈ ਜਿੱਥੇ ਮਰਜ਼ੀ ਆ ਕੇ ਕੋਈ ਮੇਰੇ ਨਾਲ ਗੱਲ ਕਰ ਸਕਦਾ ਹੈ। ਸਵੇਰੇ 6 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ UPS ਨੂੰ ਕੱਟ ਲਾਇਆ ਇਹਨਾਂ ਨੇ। ਅਸੀਂ ਵਾਰੀ ਵਾਰੀ ਬੇਨਤੀ ਕਰਦੇ ਰਹੇ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ। ਉਹਦੇ 'ਚ ਪਟਿਆਲੇ ਬੈਠੇ ਆ, ਅਸੀਂ ਵੀ ਤੁਹਾਡੇ ਨਾਲ ਹਾਂ, ਅਸੀਂ ਸੰਗਤ ਦੇ ਨਾਲ ਹੈ, ਜ਼ਿਮੀਂਦਾਰ ਦੇ ਨਾਲ ਆ, ਪਰ ਸਾਡੀ ਵੀ ਸੁਣਵਾਈ ਕੋਈ ਨਹੀਂ ਹੁੰਦੀ। ਤੁਸੀਂ ਵੀ ਆਪਣਾ ਕੰਮ ਕਰੋ ਯਾਰ ਵੀਰ ਕੋ। ਅਸੀਂ ਐਕਸ਼ਨ ਸਾਹਿਬ ਨੂੰ ਵੀ ਬੇਨਤੀ ਕਰਨਾ ਹੈ ਕਿ ਅਸੀਂ ਅੱਜ ਧਰਨੇ 'ਤੇ ਬੈਠੇ ਹਾਂ, ਰੋਡ 'ਤੇ ਬੈਠੇ ਹਾਂ। ਕੋਈ SDM, ਕੋਈ BDO, ਕੋਈ ਐਕਸ਼ਨ, ਕੋਈ ਤਹਿਸੀਲਦਾਰ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ। ਅਸੀਂ ਆਪਣੇ ਹਲਕੇ ਦੇ ਵਿਧਾਇਕ ਨੂੰ ਕੁਲਬੀਰ ਜੀਰਾ ਨੂੰ ਬੇਨਤੀ ਕਰਾਂਗੇ, ਭਾਈ ਜੇ ਤੁਸੀਂ ਚੰਡੀਗੜ੍ਹ ਦੇ ਸੰਗਤ 'ਚ ਆ ਕੇ ਪਹੁੰਚੋ। ਸੰਗਤ ਤੁਹਾਡਾ ਹਲਕਾ ਹੈ, ਤੁਹਾਡੇ ਹਲਕੇ ਵਿੱਚ ਤੁਸੀਂ ਆ ਕੇ ਦੁੱਖ ਤਕਲੀਫਾਂ ਸੁਣਨੇ, ਬਾਹਰਲੇ ਬੰਦੇ ਨਹੀਂ ਸੁਣਨੇ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਬੱਤੀ ਜਿੰਨਾ ਚਿਰ ਸਾਡਾ ਹੱਕ ਇੱਥੇ ਰੱਖ, ਜਿੰਨਾ ਚਿਰ ਸਾਡਾ ਹੱਕ ਨਹੀਂ ਮਿਲਦਾ ਉਨਾ ਚਿਰ ਅਸੀਂ ਨਹੀਂ ਜਾਵਾਂਗੇ। ਅੱਗੇ ਮੋਦੀ ਨੇ ਰੋਲ ਕੇ ਪਾਏ ਨੇ, ਕਈ ਸਾਡੇ ਵੀਰ ਜਿੱਥੋਂ ਜਿਹੜੇ ਜਾਨਾਂ ਛੱਡ ਕੇ ਚਲੇ ਗਏ ਨੇ। ਇਹ ਤਾਂ ਸਾਡੇ ਵੈਰ ਪੈ ਗਈ ਸਰਕਾਰਾਂ ਨੇ ਸਾਡੇ ਤੋਂ ਪਤਾ ਨਹੀਂ ਕੀ ਲੈਣਾ। ਜੇ ਆਹ ਹਿਸਾਬ ਰਿਹਾ, ਅਜੇ ਫਸਲ ਜਿਹੜੀ ਹੈ ਨਾ, ਜਿਹੜੇ ਕਿ ਬੱਚੇ ਨੇ ਜਨਮ ਲਿਆ, ਅਜੇ ਉਮਰ ਬੜੀ ਲੰਮੀ ਆ, ਅਜੇ ਤਾਂ ਜਨਮ ਲਿਆ ਹੈ, ਅਜੇ ਤਾਂ ਝੋਨਾ ਸ਼ੁਰੂਆਤ ਹੋਈ ਆ, ਤਾਂ ਸ਼ੁਰੂਆਤ ਦੇ ਵਿੱਚ ਝੋਨੇ ਗਲਣ ਲੱਗ ਗਏ ਨੇ, ਸੁੱਕਣ ਲੱਗ ਗਏ ਨੇ। ਇਹ ਕਦੋਂ ਤੁਹਾਨੂੰ ਬੱਤੀ ਮਿਲੇਗੀ? ਇਹ ਸਾਡਾ ਪ੍ਰਸ਼ਾਸਨ, ਸਾਰੇ ਵੀਰ ਖੜ੍ਹੇ ਨੇ, ਬਜ਼ੁਰਗ ਖੜ੍ਹੇ ਨੇ, ਗੱਡੀਆਂ ਰੋਡਾਂ 'ਤੇ ਰੋਡ ਜਾਮ ਨੇ, ਕੋਈ ਬਿਮਾਰ ਆ, ਕਿਸੇ ਦਾ ਵਿਆਹ ਸ਼ਾਦੀ ਆ, ਉਹ ਵੀ ਸਾਡੇ ਨਾਲ ਪਰੇਸ਼ਾਨ ਹੋ ਰਹੇ ਨੇ। ਇਹ ਸਰਕਾਰ ਦਾ ਕੰਮ ਹੈ, ਸਾਡਾ ਅਸਰ ਕੰਮ ਨਹੀਂ ਗਾ। ਇਸ ਕਰਕੇ ਸਾਡੀ ਤਾਂ ਇਹ ਬੇਨਤੀ ਹੈ ਕਿ ਸਾਨੂੰ ਬੱਤੀ ਜਿਹੜੀ ਆ ਉਹ 8 ਘੰਟੇ ਰੂਟੀਨ 'ਚ ਮਿਲਣੀ ਚਾਹੀਦੀ ਆ, ਪਿੱਛੇ ਮਿਲਦੀ ਰਹੀ ਹੁਣ ਮਿਲਣੀ ਚਾਹੀਦੀ ਆ, ਅਤੇ ਨਹੀਂ ਤਾਂ ਸਾਡਾ ਹੱਥ ਇੱਥੇ ਰੱਖ, ਹੱਕ ਅੱਗੇ ਨੇੜੇ ਆਉਣ ਵਾਲਾ। ਇਹ ਸਾਡੀ ਸਰਕਾਰ ਪ੍ਰਸ਼ਾਸਨ ਤੱਕ ਬੇਨਤੀ ਹੈ। ਇਹ ਵਾਹਿਗੁਰੂ ਜੀ ਕਾ ਖਾਲਸਾ। ਜੁਨੀਆ ਕ੍ਰਾਂਤੀਕਾਰੀ ਵੱਲੋਂ ਗੁਰਜਾਨ ਸਿੰਘ ਬੱਲ, ਜੋ ਅੱਜ ਸਾਡੇ ਵੀਰ ਇੱਥੇ ਧਰਨਾ ਲਾਈ ਬੈਠੇ ਆ, ਬਿਜਲੀ ਤੋਂ ਬਹੁਤ ਪਰੇਸ਼ਾਨ ਆ, ਕਿਉਂਕਿ ਚਲੋ ਸਾਡਾ ਤਾਂ ਫਤਿਹਗੜ੍ਹ ਪੰਜਤੂਰ ਗਰਿੱਡ ਲੱਗਦਾ ਵਾ, ਚਲੋ ਪਹਿਲਾਂ 8 ਘੰਟੇ ਆ ਰਹੀ ਸੀ, ਹੁਣ ਕੱਲ੍ਹ ਦੀ ਉੱਥੇ ਵੀ 5 ਆਈ, ਸਾਨੂੰ ਵੀ ਸਮੱਸਿਆ ਹੌਲੀ ਹੌਲੀ ਆਉਣੀ ਆ। ਅਤੇ ਇਹਨਾਂ ਵੀਰਾਂ ਨੂੰ ਸਮੱਸਿਆ ਜਿਹੜੀ ਆ ਕੋਈ 2-3 ਦਿਨ ਹੋ ਗਏ ਇਹਨਾਂ ਨੂੰ ਆ ਰਹੀ ਆ, ਅਤੇ ਸਾਡੀ ਸਰਕਾਰ ਨੂੰ ਅਪੀਲ ਆ ਵੀ ਇੱਥੇ ਕੋਈ ਪ੍ਰਸ਼ਾਸਨ ਵਾਲਾ ਅਧਿਕਾਰੀ ਆਵੇ ਅਤੇ ਗੱਲਬਾਤ ਕਰੇ, ਅਤੇ ਜੋ ਇਹਨਾਂ ਦੀਆਂ ਮੰਗਾਂ ਵਾਂ ਕਿਸਾਨਾਂ ਦੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ। ਕਿਉਂਕਿ ਜਦੋਂ ਧਰਨੇ ਲੱਗੇ ਸੀਗੇ ਦਿੱਲੀ ਦੇ, ਉੱਥੇ ਰੇਲਾਂ ਰੋਕੀਆਂ ਸੀ, ਸਰਕਾਰ ਕਹਿ ਰਹੀ ਸੀ ਕੋਲਾ ਨਹੀਂ ਆ ਰਿਹਾ ਗਾ, ਬਿਜਲੀ ਬੰਦ ਹੋ ਜਾਣੀ, ਐਂ ਹੋ ਜਾਣਾ, ਫਲਾਨੇ ਥਰਮਲ ਬੰਦ ਹੋ ਗਿਆ। ਓਏ ਹੁਣ ਤਾਂ ਕੋਲਾ ਵੀ ਆ ਰਿਹਾ, ਸਾਰਾ ਕੁਝ ਆ ਰਿਹਾ। ਸਰਕਾਰ ਨੂੰ ਪੁੱਛੇ ਵੀ ਹੁਣ ਉਂਝ ਹੀ ਥਰਮਲ ਬੰਦ ਕਰਤੇ ਇਹਨਾਂ ਨੇ 3-4 ਥਾਈਂ, ਅਤੇ ਸਰਕਾਰ ਦੀਆਂ ਜਿਹੜੀਆਂ ਨੀਤ ਆ ਉਹ ਬਿਲਕੁਲ ਸਾਫ਼ ਨਹੀਂ ਲੱਗਦੀ ਗੀ। ਕਿਉਂਕਿ ਆਪਣਾ ਤਾਂ ਜੇ ਸ਼ੁਰੂਆਤ ਆ ਹੌਲੀ ਹੌਲੀ, ਅੱਜ ਵੀਰਾਂ ਦਾ ਝੋਨਾ ਸੁੱਕਿਆ ਹੌਲੀ ਹੌਲੀ ਬਾਈ ਜੀ, ਹੌਲੀ ਹੌਲੀ ਹਰੇਕ ਮਾਲਵੇ 'ਚ ਆਪਣੇ ਵਾਲਾ ਵੀ ਬੁਰਾ ਹਾਲ ਆ। ਉੱਥੇ ਲੋਕਾਂ ਦੇ ਰੋਜ਼ ਹੀ TV 'ਚ ਸੁਣੀਦਾ ਧਰਨੇ ਲੱਗਦੇ ਆ, ਵਿਚਾਰੇ ਲੈਟ ਖਾਤਰ ਬਿਜਲੀ ਘਰ ਘੇਰੇ ਆ। ਅਤੇ ਮੇਰੀ ਲੋਕਾਂ ਨੂੰ ਇੱਥੇ ਅਪੀਲ ਆ ਆਸੇ ਪਾਸੇ ਦੇ ਪਿੰਡਾਂ ਨੂੰ ਵੀ ਵੱਧ ਤੋਂ ਵੱਧ ਯਾਰ ਪਹੁੰਚਿਆ ਕਰੋ। ਕੋਈ ਇਹ ਨਹੀਂ ਇੱਕ ਦੋਵਾਂ ਬੰਦਿਆਂ ਦਾ ਨਹੀਂ ਮਸਲਾ ਹੁੰਦਾ, ਸਾਰੇ ਪਿੰਡਾਂ ਦੇ ਮਸਲੇ ਆ। ਇਹ ਨਹੀਂ ਕੋਈ ਇੱਕ ਦੀ ਲਾਈਟ ਆ ਗਈ ਚਲੀ ਆ ਅਤੇ ਦੂਜਿਆਂ ਦਾ ਝੋਨਾ ਭਰ ਰਿਹਾ ਵਾ। ਆ ਪਿੱਛੇ ਅਸੀਂ ਰਾਹ ਵਿਚਾਰਿਆਂ ਨੇ ਬੰਦ ਕੀਤਾ ਵਾ, ਕਈ ਲੋਕ ਕਹਿ ਕੇ ਲੜ ਲੜ ਕੇ ਉਹਨਾਂ ਨੂੰ ਨੰਘਾ ਰਹੇ ਆ, ਕਿਉਂਕਿ ਉਹ ਸਾਥ ਦਿਓ ਯਾਰ ਇਹਨਾਂ ਦਾ, ਜੇ ਸਾਥ ਦੇਵਾਂਗੇ ਤਾਂ ਫੇਰ ਹੀ ਮਸਲਾ ਹੱਲ ਹੋ। ਇੱਥੇ ਇਲਾਕੇ ਦੇ ਸਮੂਹ ਕਿਸਾਨ ਪਹੁੰਚੇ ਨੇ ਜੀ, ਇਹਨਾਂ ਦੇ ਬਹੁਤ ਹੀ ਦੁਖੀ ਹਿਰਦੇ ਨੇ। ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਜੀ, ਆਮ ਕਿਸਾਨਾਂ ਨੇ ਅਜੇ ਅੱਧਿਓਂ ਜ਼ਿਆਦਾ ਝੋਨਾ ਲੱਗਣਾ ਜੀ। ਉਹਨਾਂ ਨੇ ਵੀਰਾਂ ਨੇ ਪੇਮੈਂਟ ਦਿੱਤੀ ਹੋਈ ਆ ਝੋਨੇ ਦੀ ਲਗਵਾਈ ਦੀ, ਲੇਬਰ ਵਿਹਲੀ ਬੈਠੀ ਆ, ਕਿਉਂਕਿ ਲੇਬਰ ਹੋਰ ਕੋਈ ਕੰਮ ਨਹੀਂ ਕਰ ਸਕਦੀ, ਅਜੇ ਝੋਨਾ ਨਾਲ ਲਾਉਣਾ ਹੈ। ਪਹਿਲਾਂ ਝੋਨਾ ਲਾਉਣਗੇ ਫਿਰ ਲੇਬਰ ਹੋਰ ਕਿਸੇ ਪਾਸੇ ਕੰਮ ਕਰੂਗੀ। ਬੱਤੀ ਦਾ ਬਹੁਤ ਹੀ ਬੁਰਾ ਹਾਲ ਹੈ, ਬੱਤੀ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਪਹਿਲਾਂ ਜਿਹੜਾ ਝੋਨਾ ਲੱਗਾ ਉਹ ਸਾਡਾ ਭਰੀਜ ਨਹੀਂ ਰਿਹਾ, ਉਹ ਸਾਡਾ ਬਿਲਕੁਲ ਸੁੱਕ ਗਿਆ, ਅੱਗੇ ਅਸੀਂ ਹੋਰ ਕੱਦੂ ਕੀ ਬਣਾਉਣਾ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਦੁਬਾਰਾ ਬੇਨਤੀ ਕਰਦੇ ਹਾਂ
कि बत्ती की समस्या किसान का हल जरूर करे, क्योंकि इस टाइम किसान नूं बत्ती की बहुत ज़्यादा जरूरत है, पर बत्ती आ नहीं रहेगी। तो बत्ती का मसला हल जल्दी तो जल्दी करे, नहीं तो यह संघर्ष इस तो भी ज़्यादा होर तेज़ हो जाएगा, क्योंकि लोगों का तुम गुस्सा आप देख सकते हो, लोगों का गुस्सा दिनों दिन ही बढ़ी जाता है। इस गुस्से कंट्रोल करने वास्ते प्रशासन को जल्दी तो जल्दी लोगों की सुनवाई करनी चाहिए है, तो लोगों को भरोसा देना चाहिए कि इन्हों निरंतर 8 घंटे जो कैप्टन साहब ने वादा किया।